एक NRI व्यक्ति दे वल्लों 3 कुड़ियों दे नाल धोखे दे नाल विआह करवाउण दा मामला सामने आया है। इस संबंधी उसकी पहली पत्नी हरिंदर कौर वल्लों अपने वकील अते परिवारक मैंबरां दे नाल इस संबंधी एक प्रैस कॉन्फ्रेंस करके खुलासा किया गया। मेरे हसबैंड जी दा 2006 दे विच मेरी मैरिज होई सी, उहनां दी फर्स्ट वाइफ है उहनां दी, ते मेरे एक बेटा है लक्षदीप सिंह बल जी, वह 15 साल दा आ। तो जो मेरे हसबेंड है ये जिदा मेरे तो दाज की मांग करते 5 लाख की, मेरे पेरेंट्स को पैसे नहीं दे हुए, इन्होंने मैं घरों कुटमार करके कढ दिता। मैं अपने पेके घर रहनी हूँ। अच्छा, तो उस तो बाद ताड़ा उन्होंने कोई गलबात हुई हो या कोई? हाँ जी, इन्होंने परचा दर्ज हो 406-498 का। विदेश भज गए कोर्ट विच जो केस चल रहा सी, ए बेल ते आके ते उत्थों भज गए, ते फिर उस तो बाद इन्होंने ਦਾ ਮੇਰੇ ਨਾਲ ਕੋਈ ਕੰਟੈਕਟ ਨਹੀਂ ਹੈਗਾ। ਅਤੇ ਅੱਛਾ, ਮਤਲਬ ਕਿ ਪਹਿਲਾਂ ਵੀ ਕੇਸ ਦਰਜ ਇਹਨਾਂ ਦੇ? ਹਾਂਜੀ, ਪਹਿਲਾਂ ਦਾ ਦਰਜ ਆ ਜੀ ਕੇਸ ਇਹਨਾਂ ਦੇ। ਕਿੰਨੇ ਵਿਆਹ ਕਰਾ ਚੁੱਕੇ ਨੇ ਕੋਲੋਂ? ਇਹ ਹੁਣ ਇਹਨੇ ਬਾਅਦ ਵਿੱਚ ਸਾਈਪ੍ਰਸ ਵਿੱਚ ਜਾ ਕੇ ਇੱਕ ਹੋਰ ਲੜਕੀ ਨਾਲ ਮੈਰਿਜ ਕਰਵਾ ਲਈ, ਉਸ ਦੇ ਵੀ ਇੱਕ ਬੇਟਾ ਆ, ਉਹ ਹੁਣ ਉਹਨੂੰ ਵੀ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ, ਅਤੇ ਹੁਣ ਇਹਨਾਂ ਨੇ 3rd ਮੈਰਿਜ ਕਰਵਾ ਲਈ 30 ਸਪਤੰਬਰ 2022 ਨੂੰ। ਅੱਛਾ, ਅਤੇ ਕੀ ਮਤਲਬ ਕਿ ਆਪਣੀ ਵੇਸ਼ਭੂਸ਼ਾ 'ਚ ਬਦਲ ਕੇ ਕਰਦੇ ਰਹੇ ਵਿਆਹ? ਹਾਂਜੀ ਹਾਂਜੀ, ਹੁਣ ਇਹਨਾਂ ਨੇ 3rd ਜਿਹੜੀ ਸ਼ਾਦੀ ਹੈ ਇਹਨਾਂ ਨੇ ਆਪਣੀ ਵੇਸ਼ ਬਦਲ ਕੇ ਕੀਤੀ ਹੈ। ਇਹਨਾਂ ਨੇ ਆਪਣੇ ਆਪ ਨੂੰ ਇੱਕ ਗੁਰਸਿੱਖ ਪਰਿਵਾਰ ਦਾ ਜਿੱਦਾਂ ਬਣ ਕੇ ਦਿਖਾਇਆ ਕਿ ਅਸੀਂ ਮਤਲਬ ਧਾਰਨੀ ਹਾਂ, ਅਤੇ ਉਹਦੇ ਕਰਕੇ ਵੀ ਮੇਰਾ ਪਤਾ ਨਾ ਲੱਗੇ। ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਕਿ ਉਹ ਵੀ ਉਹਨਾਂ ਦੇ ਨਾਲ ਹੀ ਨੇ? ਉਹ ਉਹਨਾਂ ਦੇ ਨਾਲ ਆ ਜੀ, ਉਹ ਪਹਿਲਾਂ ਮੈਨੂੰ ਕੁੱਟਣ ਮਾਰਨ 'ਚ ਪਹਿਲਾਂ ਮੋਹਰੇ ਆਉਂਦੇ ਸੀ, ਸਗੋਂ ਵੀ ਤੂੰ ਆਪਣੇ ਘਰਦਿਆਂ ਤੋਂ ਪੈਸੇ ਨਹੀਂ ਲੈ ਕੇ ਆਉਂਦੀ ਹੈਗੀ, ਸਾਡੀ ਮੰਗ ਨਹੀਂ ਪੂਰੀ ਕਰਦੀ। ਅਤੇ ਹੁਣ ਕੀ ਤੁਹਾਡੇ ਵੱਲੋਂ ਹੁਣ ਕੀ ਮੰਗ ਕੀਤੀ ਹੈ? ਮੈਂ ਇਨਸਾਫ ਚਾਹੁੰਦੀ ਹਾਂ ਕਿ ਮੈਨੂੰ ਇਨਸਾਫ ਮਿਲੇ, ਮੇਰੇ ਵਾਂਗੂ ਕਿਸੇ ਹੋਰ ਦੀ ਲੜਕੀ ਦੀ ਜ਼ਿੰਦਗੀ ਨਾ ਬਰਬਾਦ ਹੋਵੇ। ਅਤੇ ਕੀ ਉਮਰ ਕਿੰਨੀ ਉਹਨਾਂ ਦੀ? ਉਹਨਾਂ ਦੀ ਉਮਰ ਹੈਗੀ ਹੈ 44 ਸਾਲ ਦੇ ਹੈ, 43-44 ਸਾਲ ਦੀ ਹੈ। ਅਤੇ ਤੁਹਾਨੂੰ ਪਹਿਲਾਂ ਪਤਾ ਨਹੀਂ, ਕਦੋਂ ਪਤਾ ਲੱਗਾ ਤੁਹਾਨੂੰ ਇਸ ਚੀਜ਼ ਬਾਰੇ? ਮੈਨੂੰ ਇਹਨਾਂ ਮੈਰਿਜ ਬਾਰੇ ਹੁਣ ਪਤਾ ਲੱਗਾ, ਕਿਉਂਕਿ ਇਹਨਾਂ ਨੇ ਵਿਦੇਸ਼ 'ਚ ਮੈਰਿਜ ਕਰਵਾਈ ਹੋਈ ਸੀਗੀ, ਮੈਨੂੰ ਉਸ ਬਾਰੇ ਪਤਾ ਨਹੀਂ ਸੀਗਾ। ਪਰ ਮੈਂ ਇਹਨਾਂ ਦੇ ਪਿੰਡ ਦੇ ਜਿਹੜੇ ਮੋਹਤਵਰ ਬੰਦੇ ਸੀ ਉਹਨਾਂ ਨਾਲ ਕੰਟੈਕਟ ਕਰਦੀ ਰਹੀ ਹਾਂ, ਉਹਨਾਂ ਨੇ ਮੈਨੂੰ ਦੱਸਿਆ ਨਹੀਂ ਕਿ ਇਹਨੇ 2nd ਮੈਰਿਜ ਕਰਵਾਈ, ਅਤੇ ਇਹਦੇ ਇੱਕ ਬੇਟਾ ਵੀ ਹੈ। ਅਤੇ ਹੁਣ ਤੁਹਾਡੇ ਵੱਲੋਂ ਕੀ ਹੁਣ ਕੋਈ ਕੇਸ ਦਰਜ ਕੀਤਾ ਗਿਆ? ਹੁਣ ਅਸੀਂ SSP ਜਲੰਧਰ ਸਾਹਿਬ ਉੱਥੇ ਦਿੱਤੀ ਹੋਈ ਹੈ ਰਿਪੋਰਟ, ਉੱਥੇ ਵੀ ਦਿੱਤੀ ਹੋਈ, ਅਸੀਂ ਸਾਰੇ ਥਾਣਿਆਂ ਨੂੰ ਕੀਤਾ ਹੋਇਆ ਆ। ਜੇ ਤੁਹਾਡੀ ਮੰਗ ਨਹੀਂ ਪੂਰੀ ਹੁੰਦੀ ਤਾਂ ਅਗਲਾ ਸਟੈਪ ਕੀ ਲਓ? ਹਾਂਜੀ, ਅਸੀਂ ਚੰਡੀਗੜ੍ਹ ਜਾ ਕੇ ਉੱਥੇ ਜਾ ਕੇ ਸਰਕਾਰ ਅੱਗੇ ਦੁਹਾਈ ਪਾਵਾਂਗੇ ਕਿ ਇਹੋ ਜਿਹੇ ਬੰਦਿਆਂ ਨੂੰ ਤੋਂ ਸਾਨੂੰ ਇਨਸਾਫ ਦਵਾਇਆ ਜਾਵੇ, ਅਤੇ ਇਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਅਤੇ ਹਾਂਜੀ, ਤੁਹਾਡਾ ਨਾਮ? ਹਾਂਜੀ, ਦਰਸ਼ਨਾ ਦੇਵੀ ਹੈ ਜੀ। ਤੁਸੀਂ ਕਿੱਥੋਂ ਦੇ ਰਹਿਣ ਵਾਲੇ? ਰਾਮਗੜ੍ਹ ਦੇ ਰਹਿਣ ਵਾਲੇ। ਅਤੇ ਜੋ ਮਤਲਬ ਕਿ ਤੁਹਾਡੀ ਬੇਟੀ ਨਾਲ ਇਹਨਾਂ ਦਾ ਕਦੋਂ ਵਿਆਹ ਹੋਇਆ ਸੀਗਾ, ਅਤੇ ਕੀ ਗੱਲਬਾਤ ਹੈ ਸਾਰੀ? ਹਾਂਜੀ, ਗੱਲਬਾਤ ਇੱਦਾਂ, ਉਹ ਵੀ ਬਾਹਰ ਗਏ ਸੀਗੇ, ਸਤਵਿੰਦਰ ਸਿੰਘ ਵੀ ਬਾਹਰ ਟੱਕਰੇ, ਉੱਥੇ ਵਿਆਹ ਹੋਇਆ ਇਹਨਾਂ ਦਾ ਸਾਈਪ੍ਰੈਸ। ਅਤੇ ਤੁਹਾਡੀ ਬੇਟੀ ਦਾ ਨਾਮ ਕੀ ਹੈ? ਸਰਬਜੀਤ ਕੁਮਾਰੀ, ਬੇਟੀ ਮੇਰੀ। ਅੱਛਾ, ਅਤੇ ਇਹਨਾਂ ਕੀ ਦੂਸਰਾ ਵਿਆਹ ਹੋਇਆ ਸੀ? ਹਾਂਜੀ, ਪਹਿਲੋਂ ਸਾਨੂੰ ਦੱਸਿਆ ਨੇ, ਸਰਟੀਫਿਕੇਟ ਹੀ ਨਹੀਂ ਮੰਗਵਾਇਆ ਨਕਲੀ। ਹਾਂਜੀ, ਕਾਰਵਾਈ ਸਾਨੂੰ ਇਹਨਾਂ ਗੱਲਾਂ ਦਾ ਕੋਈ ਪਤਾ ਨਹੀਂ ਲੱਗਾ ਹੈਗਾ। ਉਹ ਤੋਂ ਜਦ ਇੱਧਰ ਆਏ ਆ, ਫਿਰ ਇੱਕ ਆਪਣੇ ਘਰ ਇੱਦਾਂ ਵੀ ਸਵਾਰ ਦੀ ਸੂਰ ਦੀ ਆ ਸੁੰਬਰ ਸਭਾਈਆ ਕਰਦੀ, ਅਤੇ ਉਦੋਂ ਫੋਟੋ ਦਿਸ ਪਈ ਪਹਿਲੇ ਵਿਆਹ ਦੀ। ਉਹ ਕਹਿੰਦੀ ਵੀ ਆਹ ਫੋਟੋ ਕਿਹਨਾਂ ਦੀ ਆ? ਵੀ ਉਹ ਕਹਿੰਦਾ ਮੇਰੀ ਭਰਜਾਈ ਦੀ ਆ ਇਹ ਫੋਟੋ। ਉਹ ਕਹਿੰਦੀ ਇੱਥੇ ਤੁਸੀਂ ਆਪ ਬੈਠੇ ਆ, ਭਰਜਾਈ ਨਾਲ ਬੈਠੇ ਆ? ਅਤੇ ਕਹਿੰਦੀ ਨਹੀਂ, ਉਹਨੇ ਫੋਟੋ ਖੋਲ੍ਹੀ ਉਹਦੇ ਕੋਲੋਂ, ਜਾਂ ਫੋਟੋ ਖੋਲ੍ਹੀ ਤਾਂ ਮੁੜ ਕੇ ਉਹਨੇ ਕਹਿੰਦੇ ਵੀ ਇਹ ਤਾਂ ਕਹਿੰਦਾ ਡਿਵੋਰਸ ਹੋਇਆ ਸਾਡਾ। ਉਹ ਕਹਿੰਦੀ ਡਿਵੋਰਸ ਹੋਏ, ਮੈਨੂੰ ਪੇਪਰ ਦਿਖਾ ਲਓ ਪਹਿਲਾਂ। ਪੇਪਰ ਵੀ ਨਹੀਂ ਦਿਖਾ ਲਏ, ਫੋਟੋ ਵੀ ਨਹੀਂ ਮੁੜ ਕੇ ਉਹ ਦਿਖਾ ਲਈ, ਅਤੇ ਉਹਨੇ ਮਾਰ ਨਾ ਕੱਟਣਾ, ਕਹਿੰਦੇ ਪਹਿਲੋਂ ਵਰਗੀ ਤੂੰ ਵੀ ਆ ਗਈ ਹੁਣ। ਉਹਨਾਂ ਵੀ ਮਾਰ ਕੁੱਟਣ ਦਾ ਕੰਮ ਕਰ ਲਿਆ ਉਹਨੇ। ਹਾਂਜੀ, ਅਤੇ ਹੁਣ ਮਤਲਬ ਕਿ ਕਿੱਥੇ ਆਏ ਨੇ, ਮਤਲਬ ਕਿ ਤੁਹਾਡੀ ਬੇਟੀ ਕਿੱਥੇ ਹੋ? ਹੁਣ ਸਾਈਪ੍ਰੈਸ ਆ। ਅੱਛਾ, ਅਤੇ ਉਹਨਾਂ ਨੂੰ ਮਤਲਬ ਕਿ ਉਹ ਜਿਹੜਾ ਨਾ ਜਿਹਨਾਂ ਨਾਲ ਵਿਆਹ ਆਇਆ ਸੀਗਾ ਉਹ ਵੀ ਸਾਈਪ੍ਰੈਸ ਦੇ ਕਿ ਉਹ ਵੀ ਇੱਥੇ? ਨਹੀਂ, ਉਹ ਇੱਧਰ ਹੀ ਆ, ਉਹਨੂੰ ਬਾਹਰ ਆ, ਮੇਰੀ ਬੇਟੀ ਨੂੰ ਪਤਾ ਲੱਗਾ ਕਿਤੇ ਹੋ ਉੱਧਰ ਬਾਹਰ ਚਲੋ ਗਏ ਹੁੰਦੇ ਕੋ ਪਿੰਡਾਂ ਦੇ ਲਾਗੇ ਸਾਗਿਆਂ ਦੇ, ਵੀ ਅੱਜ ਵਿਆਹ ਆ, ਹੁਣ ਸਾਨੂੰ ਫੋਨ ਕੀਤਾ, ਅਸੀਂ ਉਸੇ ਟਾਈਮ ਆ ਗਏ ਹਾਂ। ਉਦੋਂ ਪਿੰਡੋਂ ਆਪਣੇ ਪੇਪਰ ਕਰਾਏ ਆ, ਥਾਣੇ 'ਚੋਂ ਕਰਾਏ ਆ, ਕਚਹਿਰੀਆਂ 'ਚੋਂ ਲੈ ਕੇ, ਤਾਂ ਅਸੀਂ ਇੱਥੇ ਆਏ। ਸਰਪੰਚ ਸਾਹਿਬ ਨਾਲ ਸੀਗਾ ਸਾਡੇ,
ਅਤੇ ਮੁੜ ਕੇ ਇੱਥੇ ਵਾਲਿਆਂ ਥਾਣੇ ਵਾਲਿਆਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ, ਇਸ ਕੇ ਸਾਡੇ ਨਾਲ ਚੱਲੋ ਤੁਸੀਂ। ਉਹ ਕਹਿੰਦੇ ਅਸੀਂ ਪਤਾ ਕਰਕੇ ਆਉਂਦੇ ਦੋਏ ਜਣੇ, ਉਹ ਕਹਿੰਦੇ ਇਸ ਕੇ ਵੀ ਸਾਨੂੰ ਨਾਲ ਚੱਲੋ, ਤੁਹਾਡੇ ਕਰਕੇ ਇਸੇ ਕਰਕੇ ਆਏ ਅਸੀਂ, ਤੁਹਾਨੂੰ ਪੇਪਰ ਦਿੱਤੇ ਆ ਤਾਂ। ਅਤੇ ਉਹ ਕਹਿੰਦੇ ਵੀ ਨਹੀਂ ਵੀ ਤੁਸੀਂ ਚੱਲ ਜਾਓ, ਅਸੀਂ ਰਹਿੰਦੇ ਹਾਂ। ਉਹ ਆਪੇ ਦੋਏ ਜਣੇ ਮੋਟਰਸਾਈਕਲ 'ਤੇ ਗਏ ਆ, ਜਾ ਕੇ ਉਹਨਾਂ ਦੇ ਘਰ ਘੁੰਮ ਘੁੰਮ ਕੇ ਉਹ ਆ ਗਿਆ। ਕਹਿੰਦੇ ਉਹਨਾਂ ਦੇ ਘਰ ਦੇ ਆਉਂਦੇ ਆ, ਸਤਵਿੰਦਰ ਸਿੰਘ ਨਹੀਂ ਆਇਆ, ਉਹਦੇ ਮਾਂ ਪਿਓ ਆਏ ਆ। ਅਸੀਂ ਕਿਹਾ ਵੀ ਸਤਵਿੰਦਰ ਨੇ ਆ, ਕਹਿੰਦੀ ਉਹ ਕਿਤੇ ਦੂਰ ਗਿਆ। ਮੈਂ ਕਿਹਾ ਅੱਜ ਤਾਂ ਉਹਦਾ ਵਿਆਹ ਸੀਗਾ ਤਾਂ ਅੱਜ ਦੂਰ ਕਿੱਥੇ ਚੱਲ ਗਿਆ, ਜਦ ਤੁਸੀਂ ਆਪ ਆਏ ਉਹਨੂੰ ਨਾਲ ਲਿਆਉਂਦੇ। ਕਹਿੰਦੇ ਨਹੀਂ ਅਸੀਂ ਵਿਆਹ ਕਰ ਲਿਆ ਆ, ਠੀਕ ਆ। ਜਦ ਇਹ ਵੱਸਦੀਆਂ ਨੇ, ਮੈਂ ਕਿਹਾ ਵੀ ਤੁਸੀਂ ਵਸਾਉਂਦੇ ਹੀ ਨਹੀਂ ਹੈਗੇ, ਤੁਸੀਂ ਨਹੀਂ ਵਸਣ ਦਿੰਦੇ ਹੈਗੇ, ਇਸ ਕਰਕੇ ਸੀਗਾ। ਅਤੇ ਬੇਟਾ ਬੱਚਾ ਵੀ, ਹਾਂਜੀ ਬੱਚਾ 5 ਸਾਲ ਦਾ, ਉਹ ਸਾਨੂੰ ਮਿਲਣਾ ਚਾਹੀਦਾ ਹੈ। ਬੇਟੀ ਦੇਖਣ ਤੋਂ ਵੀ ਤਰਸਦੀ ਹੈ, ਉਹ ਦਿਖਾਲਦੇ ਨੇ, ਕਹਿੰਦੇ ਤੇਰੀ ਮੰਮੀ ਮਰ ਗਈ। ਅਤੇ ਤੁਹਾਡੇ ਵੱਲੋਂ ਕੋਈ ਕੇਸ ਦਰਜ ਕੀਤਾ ਗਿਆ ਜਾਂ ਕੋਈ? ਹਾਂਜੀ ਕੇਸ ਦਰਜ ਕੀਤੇ ਹੋਆ, ਇੱਧਰ ਵੀ ਦਰਜ ਕੀਤੇ ਹੋਆ। ਅਤੇ ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹੀ ਕਰਦੇ ਹਾਂ, ਵਾਰ ਵਾਰ ਵਿਆਹ ਕਰਦੇ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ, ਉਹਨਾਂ ਨੂੰ ਨਸੀਹਤ ਮਿਲਣੀ ਚਾਹੀਦੀ ਆ ਕੁਛ। ਹਾਂਜੀ ਇਹ ਉਹਦਾ ਡਿਸਟ੍ਰਿਕਟ ਹੋਮ ਆ ਜੀ, ਅਤੇ ਡਿਊ ਟੂ ਦੈਟ ਜਿਹੜਾ ਇੱਥੇ ਦੀ ਪ੍ਰੈਸ ਕਾਨਫਰੰਸ ਹੈਗੀ ਆ, ਸੋ ਦੈਟ ਇਹ ਪੰਜਾਬ ਦੇ 'ਚ ਵਨ ਆਫ ਦੀ ਬੈਸਟ ਨੰਬਰ ਦੀ ਪ੍ਰੈਸ ਕਾਨਫਰੰਸ ਮੰਨੀ ਗਈ ਆ, ਅਤੇ ਉਹ ਸਾਡੀ ਜਿਹੜਾ ਏਰੀਆ ਹੈਗਾ ਉੱਥੇ ਇਹ ਜਿਹੜੀ ਅਪਰੋਚ ਨਹੀਂ ਹੋ ਸਕਦੀ। ਦੈਟਸ ਵਾਈ ਸੋ ਦੈਟ ਅਸੀਂ ਜਿਹੜੇ ਪ੍ਰੈਸ ਕਲੱਬ ਅੰਮ੍ਰਿਤਸਰ ਦੇ ਨਾਲ ਕੰਟੈਕਟ ਕੀਤਾ। ਪੁਲਿਸ ਪ੍ਰਸ਼ਾਸਨ ਤਾਂ ਹੀ ਇਸਦੀ ਕੀਤੀ ਗਈ ਹੈ ਸ਼ਿਕਾਇਤ? ਦੇਖੋ ਜੀ ਪੁਲਿਸ ਪ੍ਰਸ਼ਾਸਨ ਨੂੰ ਬਿਲਕੁਲ ਅਸੀਂ ਆਰਡਰ ਕੀਤਾ ਹੋਇਆ, ਫਾਰਵਰਡ ਕੀਤਾ ਹੋਇਆ, ਉਹਦੀ ਜਿਹੜੀਆਂ ਪੀਓ ਦੇ ਆਰਡਰਸ ਨੇ ਉਹ ਵੀ ਕੰਪਲੇਂਟ ਫਾਰਵਰਡ ਕੀਤੇ ਨੇ। ਬਟ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਇਹੀ ਕਹਿਣਾ ਹੈਗਾ ਵੀ ਜਿਹੜੀ ਅਸੀਂ ਇਮੀਡੀਏਟਲੀ ਇਹਨੂੰ ਪ੍ਰੋਸੀਡ ਕਰਾਂਗੇ, ਬਟ ਹਲੇ ਸਾਡੇ ਕੋਲ ਜਿਹੜੀ ਹੈਗੀ ਸਮੇਂ ਦੀ ਕਮੀ ਕਰਕੇ ਸਾਡੇ ਕੋਲ ਮੁਲਾਜ਼ਮਾਂ ਦੀ ਕਮੀ ਆ, ਸੋ ਦੈਟ ਇਹਨੂੰ ਇਮੀਡੀਏਟਲੀ ਅਸੀਂ ਨਹੀਂ ਕਰ ਸਕਦੇ। ਬਟ ਜਿਹੜੀ ਸਰ ਤੁਹਾਡੀ ਸ਼ਿਕਾਇਤ ਆ ਇਟ ਇਜ਼ ਸਟਿਲ ਅੰਡਰ ਪ੍ਰੋਸੈਸ। ਪੀਓ ਕਿਹੜੇ ਕੇਸ ਦੇ ਵਿੱਚ ਹੈ? ਇਹ 498 ਜਿਹੜਾ ਪਹਿਲਾ ਵਿਆਹ ਹੋਇਆ ਸੀਗਾ ਜੀ, ਉਹਦੇ ਵਿੱਚ ਸਾਲ 2013 ਦੇ ਵਿੱਚ ਜੀ ਪੀਓ ਹੋਇਆ ਹੋਇਆ ਜੀ। ਉਹਦੇ ਵਿੱਚ ਵੀ ਅਰੈਸਟ ਨਹੀਂ ਪਈ ਜੀ? ਨਹੀਂ ਜੀ, ਉਹਦੇ ਅਰੈਸਟ ਨਹੀਂ। ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਆ ਵੀ ਪੁਲਿਸ ਡਿਪਾਰਟਮੈਂਟ ਨੂੰ ਇਹ ਬਿਲਕੁਲ ਇੱਕ ਧੱਕਾ ਹੀ ਫੂਲ ਕਰ ਰਿਹਾ ਵੀ 2013 ਤੋਂ ਲੈ ਕੇ ਜੋ 2023 ਚੜ੍ਹਨ ਵਾਲਾ ਹੋ ਗਿਆ, 10 ਸਾਲ ਹੋ ਗਏ, ਇਹ ਬੰਦਾ ਸ਼ਰਿਆਂ ਬਾਹਰ ਜਾ ਰਿਹਾ ਆ ਰਿਹਾ, ਅਤੇ ਇਹਨੂੰ ਕਦੇ ਵੀ ਕਿਸੇ ਪੁਲਿਸ ਵਾਲੇ ਨੇ ਕਦੇ ਅਰੈਸਟ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਦੇਖੋ ਜੀ ਇਹੀ ਹੈ ਕਿ ਇਹ ਜਿਹੜੀ ਇੱਕ NRI ਹੈ ਕਿ ਦੇ ਆਰ ਪਲੇਇੰਗ ਏ ਟ੍ਰਿਕਸ ਵਿਦ ਦੀ ਪੂਅਰ ਪੀਪਲਸ, ਅਤੇ ਗਰੀਬ ਕੁੜੀਆਂ ਦੇ ਨਾਲ ਧੱਕਾ ਕਰਦੇ ਨੇ, ਲੋਕਾਂ ਨੂੰ ਇਹ ਬੇਵਕੂ ਬਣਾਉਂਦੇ ਨੇ। ਸੋ ਇਹ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਵੀ ਪੱਟੀ ਬਿਲਕੁਲ ਖੁੱਲ੍ਹਣੀ ਚਾਹੀਦੀ ਹੈਗੀ ਆ। ਐਂਡ ਸੈਕਿੰਡ ਥਿੰਗ ਇਹ ਹੈ ਕਿ ਜਦੋਂ ਵੀ ਤੁਸੀਂ ਕਿਸੇ ਆਪਣੀ ਬੇਟੀ ਦੀ ਸ਼ਾਦੀ ਕਰਦੇ ਹੋ, ਆਪਣੀ ਧੀ ਭੈਣ ਦਾ ਵਿਆਹ ਕਰਦੇ ਹੋ, ਤਾਂ ਘੱਟੋ ਘੱਟ ਇਹਨਾਂ ਲੋਕਾਂ ਬਾਰੇ ਇਨਕੁਆਇਰੀ ਜ਼ਰੂਰ ਕਰ ਲਿਆ ਕਰੋ, ਇਹਨਾਂ ਲੋਕਾਂ ਦੀਆਂ ਕੋਠੀਆਂ ਮਹਿਲਾਂ ਕਾਰਾਂ ਮਗਰ ਨਾ ਜਾਇਆ ਕਰੋ, ਅਤੇ ਦੇਖ ਜ਼ਰੂਰ ਲਿਆ ਕਰੋ ਕਿ ਬਿਕਾਜ਼ ਦੇ ਆਰ ਐਕਚੁਅਲ ਰੀਅਲ ਪਰਸਨ ਆਰ ਨੋਟ। ਹਾਂਜੀ ਸਰ, ਆਪਣਾ ਨੇਮ, ਡੈਜੀਨੇਸ਼ਨ ਔਰ ਅੱਜ ਦਾ ਮੁੱਦਾ ਬਾਰੇ ਦਾ। ਮੈਂ ਇੰਦਰਜੀਤ ਔਰ ਮੈਂ ਐਡਵੋਕੇਟ ਪੰਜਾਬ ਐਂਡ ਹਰਿਆਣਾ ਹਾਈ ਕੋਰਟ। ਐਕਚੁਅਲੀ ਇੱਕ ਮੈਟਰ ਆਇਆ ਜੀ, ਇੱਕ ਸਤਵਿੰਦਰ ਸਿੰਘ ਬਲ, ਸਨ ਆਫ ਸਰਵਜੀਤ ਸਿੰਘ ਬਲ ਹੈਗਾ ਜੀ, ਪਿੰਡ ਬਤਾਲਾ ਪੱਤੀ ਬਾਬਾ ਪੱਲਾ ਜੀ, ਥਾਣਾ ਬਿਆਸ, ਜ਼ਿਲ੍ਹਾ ਅੰਮ੍ਰਿਤਸਰ ਦਾ। ਇਹ ਜਿਹੜਾ ਬਿਕੋਜ਼ ਬੇਸਿਕਲੀ ਇਹ ਬੰਦਾ ਜਿਹੜਾ ਹੈਗਾ ਇੱਕ NRI ਆ, ਫੋਰਨ ਕੰਟਰੀਆਂ ਦੇ ਵਿੱਚ ਜਾਂਦਾ ਹੈਗਾ, ਉੱਥੇ 2-4, 6 ਮਹੀਨੇ 8 ਮਹੀਨੇ ਰਹਿ ਕੇ ਵਾਪਸ ਆ ਜਾਂਦਾ। ਇਹਨੇ ਫਸਟ ਟਾਈਮ ਵਿਆਹ 2006 ਦੇ ਵਿੱਚ ਇੱਕ ਹਰਨਿੰਦਰ ਕੌਰ ਨਾਮ ਦੀ ਲੜਕੀ ਨਾਲ ਕਰਵਾਇਆ ਸੀ, ਜੋ ਕਿ ਪਿੰਡ ਖਾਨਪੁਰ, ਤਹਿਸੀਲ ਫਲੌਰ, ਜ਼ਿਲ੍ਹਾ ਜਲੰਧਰ ਦੀ ਆ। ਉਸ ਤੋਂ ਬਾਅਦ ਇਸ ਲੜਕੀ ਨੂੰ ਕਾਫੀ ਦਾਜ ਦਹੇਜ ਵਾਸਤੇ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ, ਜਿਹਦੇ ਇਹਦੇ ਖਿਲਾਫ਼ ਜਿਹੜਾ ਹੈਗਾ ਮੁਕੱਦਮਾ ਨੰਬਰ 207 ਥਾਣਾ ਫਿਲੌਰ ਦੇ ਵਿੱਚ ਇੱਕ ਪਰਚਾ ਦਰਜ ਕੀਤਾ ਗਿਆ। ਚੱਲਦੇ ਕੇਸ ਦੌਰਾਨ ਇਹ ਮਾਨਯੋਗ ਅਦਾਲਤ ਤੋਂ ਵੱਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀਗਾ ਜੀ, ਅਤੇ ਉਸ ਤੋਂ ਬਾਅਦ ਇਹਨੇ ਕਦੇ ਵੀ ਕੋਰਟ 'ਚ ਇਹਨੇ ਪ੍ਰੋਸੀਡਿੰਗ ਆਪਣੀ ਨਹੀਂ ਕੀਤੀ। ਇਨ ਬਿਟਵੀਨ ਕਿ ਫੋਰਨ ਚਲਾ ਗਿਆ, ਫੋਰਨ ਜਾ ਕੇ ਉੱਥੇ ਇੱਕ ਲੜਕੀ ਸਰਬਜੀਤ ਕੁਮਾਰੀ ਨਾਮ ਦੀ ਲੜਕੀ, ਜੋ ਕਿ ਇਹਨੇ ਆਪਣੇ ਪ੍ਰੇਮ ਪ੍ਰਸੰਗ ਦੇ ਵਿੱਚ ਫਸਾਈ, ਉੱਥੇ ਜਾ ਕੇ ਫਿਰ ਇਹਨੇ ਸਾਲ 2017 ਦੇ ਵਿੱਚ ਇਹਨੇ ਉੱਥੇ ਮੈਰਿਜ ਕਰਵਾਈ। ਅਤੇ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜੀ ਸਰਬਜੀਤ ਕੌਰ ਕੁਮਾਰੀ ਨਾਮ ਦੀ ਲੜਕੀ ਆ, ਉਹਨੇ ਆਪਣੇ ਆਪ ਨੂੰ ਇਹ ਐਜ਼ ਏ ਇੰਟਰੋਡਿਊਸ ਕਰਵਾਇਆ ਕਿ ਆਈ ਐਮ ਅਨਮੈਰਿਡ। ਉੱਥੇ DC ਅੰਮ੍ਰਿਤਸਰ ਤੋਂ ਇਹਨੇ ਆਪਣਾ ਅਨਮੈਰਿਡ ਸਰਟੀਫਿਕੇਟ ਬਣਵਾਇਆ, ਜਦੋਂ ਕਿ ਕੁੜੀ ਸਰਬਜੀਤ ਕੁਮਾਰੀ ਸੀਗੀ, ਸ਼ੀ ਵਾਜ਼ ਆਲਰੇਡੀ ਅਨਮੈਰਿਡ, ਉਹਨੇ ਵੀ ਆਪਣਾ ਅਨਮੈਰਿਡ ਸਰਟੀਫਿਕੇਟ ਜਿਹੜਾ DC ਜਲੰਧਰ ਤੋਂ ਬਣਵਾ ਕੇ ਸਰਟੀਫਾਈਡ ਕਰਵਾ ਕੇ ਫੋਰਨ ਡਿਪਾਰਟਮੈਂਟ ਦੇ ਵਿੱਚ ਟੈਸਟ ਕਰਵਾ ਕੇ ਭੇਜ ਦਿੱਤਾ। ਉੱਥੇ ਜਾ ਕੇ ਮੁੰਡੇ ਨੇ ਇਸ ਕੁੜੀ ਦੇ ਨਾਲ ਵਿਆਹ ਕਰਵਾ ਲਿਆ, ਅਤੇ ਇੱਕ ਬੱਚਾ ਪੈਦਾ ਹੋਇਆ ਜੀ, ਗੁਰਨੂਰ ਸਿੰਘ ਨਾਂ ਦਾ ਬੱਚਾ ਪੈਦਾ ਹੋਇਆ, ਜਦੋਂ ਕਿ ਇਹਦੇ ਪਹਿਲਾਂ ਵੀ ਇੱਕ ਬੇਟਾ ਸੀਗਾ ਲਕਸ਼ਦੀਪ ਸਿੰਘ, ਅਤੇ ਇਹ ਪਹਿਲੇ ਵਿਆਹ ਤੋਂ ਵੀ ਬੱਚਾ ਹੋ ਗਿਆ, ਦੂਜੇ ਵਿਆਹ ਤੋਂ ਵੀ ਬੱਚਾ ਹੋ ਗਿਆ, ਜਦੋਂ ਕਿ ਇਹ ਬੰਦਾ ਆਲਰੇਡੀ ਪਹਿਲੇ ਵਿਆਹ ਤੋਂ ਇਹਨੇ ਕਦੇ ਵੀ ਡਾਇਵੋਰਸ ਨਹੀਂ ਸੀ ਲਿਆ। ਸੈਕਿੰਡ ਵਾਈਫ ਜਿਹੜੀ ਸਰਬਜੀਤ ਕੁਮਾਰੀ ਸੀਗੀ, ਉਹ ਤੋਂ ਵੀ ਇਹਨੇ ਦਾਜ ਦਹੇਜ ਦੀ ਮੰਗ ਕੀਤੀ, ਉਹਨੂੰ ਵੀ ਤੰਗ ਪਰੇਸ਼ਾਨ ਕਰਨਾ ਸਟਾਰਟ ਕਰ ਦਿੱਤਾ। ਉਹਦੇ ਪੇਰੈਂਟਸ ਨੇ ਵਿਦ ਇਨਵੋਲਵਮੈਂਟ ਦੀ ਆਲ ਪੇਰੈਂਟਸ ਇਨ ਲਾਜ਼ ਦੇ ਸਰਬਜੀਤ ਕੁਮਾਰੀ ਨੂੰ ਵੀ ਘਰੋਂ ਬਾਹਰ ਕੱਢ ਦਿੱਤਾ ਗਿਆ, ਜਿਹੜਾ ਕਿ ਬੇਟਾ ਜਿਹੜਾ ਗੁਰਨੂਰ ਸਿੰਘ ਸੀਗਾ ਫੋਰਸੀਵਲੀ ਆਪਣੇ ਕੋਲ ਰੱਖ ਲਿਆ ਗਿਆ। ਹੁਣ ਜਿਹੜੀ ਹੈਗੀ ਹੈ, ਇਹਨੇ 30 ਸਤੰਬਰ 2022 ਨੂੰ ਇਹਨੇ ਤੀਸਰਾ ਵਿਆਹ ਫਿਰ ਇਹਨੇ ਕਰਵਾ ਲਿਆ, ਪਹਿਲੀ ਲੜਕੀ ਨੂੰ ਵੀ ਡਾਇਵੋਰਸ ਨਹੀਂ ਦਿੱਤਾ, ਸੈਕਿੰਡ ਨੂੰ ਵੀ ਡਾਇਵੋਰਸ ਨਹੀਂ ਦਿੱਤਾ, ਤੀਜਾ ਵਿਆਹ ਕਰਾ ਲਿਆ। ਹੁਣ ਇਹਦੇ ਖਿਲਾਫ਼ ਜਿਹੜੀ ਕਿ ਮਾਨਯੋਗ ਅਸੀਂ SSP ਸਾਹਿਬ, DGP ਪੰਜਾਬ,
ਅਤੇ ਮਹਿਲਾ ਆਯੋਗ ਕਮਿਸ਼ਨ, ਐੱਨ ਆਰ ਆਈ ਕਮਿਸ਼ਨ, ਇਹ ਸਾਰੇ ਡਿਪਾਰਟਮੈਂਟਸ ਦੀ ਫੋਰਵਰਡ ਕੰਪਲੇਂਟਸ ਕੀਤੀਆਂ ਤਾਂ ਕਿ ਜਿਹੜੇ ਕਿ ਐੱਨ ਆਰ ਆਈ ਹੈਗਾ ਇਹਦੇ ਖਿਲਾਫ਼ ਕਾਰਵਾਈ ਹੋ ਸਕੇ। ਅਤੇ ਜਿਹੜੀ ਇੱਕ ਬਿਕੋਜ਼ ਲੋਕਾਂ ਦੇ ਉੱਪਰ ਇੱਕ ਚਿੱਟੀ ਪੱਟੀ ਬੰਨੀ ਹੋਈ ਆ ਕਿ ਜਿਹੜੇ ਇੱਕ ਐੱਨ ਆਰ ਆਈ ਹੈ ਕਿ ਬਿਕੋਜ਼ ਦੇ ਆਰ ਵੈਰੀ ਵਾਈਟ ਕਾਲਰ ਜੋਬਸ, ਇਹ ਬਹੁਤ ਅੱਛੇ ਨੇ, ਕਾਫੀ ਪੈਸੇ ਵਾਲੇ ਨੇ ਅਤੇ ਇਹਨਾਂ ਦਾ ਜਿਹੜਾ ਬਿਹੇਵੀਅਰ ਬਹੁਤ ਅੱਛਾ ਨੇ, ਘੱਟੋ ਘੱਟ ਉਹ ਲੋਕਾਂ ਦੇ ਦਿਮਾਗ ਦੇ ਵਿੱਚੋਂ, ਦਿਲਾਂ ਦੇ ਵਿੱਚੋਂ ਉਹ ਬਿਲਕੁਲ ਪੱਟੀ ਉਤਰ ਸਕੇ ਤਾਂ ਕਿ ਲੋਕਾਂ ਦੀਆਂ ਆਪਣੀਆਂ ਜਿਹੜੀਆਂ ਧੀਆਂ ਭੈਣਾਂ ਦੀ ਜ਼ਿੰਦਗੀ ਖਰਾਬ ਹੋਣ ਤੋਂ ਬਚ ਸਕੇ। ਐਡਵੋਕੇਟ ਸਾਹਿਬ, ਇੰਨੇ ਥਾਵਾਂ 'ਤੇ ਵਿਆਹ ਹੋਇਆ, ਤੁਹਾਨੂੰ ਇਹਨਾਂ ਪਰਿਵਾਰਾਂ ਨੂੰ ਨਹੀਂ ਸੀ ਪਤਾ ਕਿਸੇ ਨੂੰ ਵੀ ਕਿ ਪਹਿਲਾਂ ਤੋਂ ਮੈਰਿਡ ਆ ਉਹ ਬੰਦਾ? ਨਹੀਂ ਜੀ, ਨਹੀਂ, ਇਹ ਉਹ ਬਿਕੋਜ਼ ਉਹਨੇ ਆਪਣੇ ਆਪ ਨੂੰ ਦੱਸਿਆ ਨਹੀਂ ਸੀ, ਉਹ ਆਪਣੇ ਆਪ ਨੂੰ ਅਨਮੈਰਿਡ ਸ਼ੋਅ ਕਰ ਰਿਹਾ ਸੀ ਹਰ ਜਗ੍ਹਾ ਜੀ, ਉਹਨੇ ਆਪਣਾ ਅਨਮੈਰਿਡ ਸ਼ੋਅ ਕੀਤਾ ਜੀ। ਅੱਜ ਅੰਮ੍ਰਿਤਸਰ ਆਉਣ ਦੀ ਕੀ ਵਜ੍ਹਾ ਮੰਨਦੇ ਹੋ? ਬੇਸਿਕਲੀ ਜਿਹੜਾ ਅੰਮ੍ਰਿਤਸਰ ਹੈਗਾ ਜੀ,